ਸਿੱਧੂ ਮੂਸੇਵਾਲਾ ਦਾ ਅਜੀਜ਼ ਖਾਨ ਨਾਲ ਜਾਂ ਰਨਾਲੀਆ ਤੁਹਾਡੇ ਗਰੁੱਪ ਨਾਲ ਕੀ ਰਿਸ਼ਤਾ ਸੀ ਦੇਖੋ ਜੇ ਆਪਾਂ ਕਹਿ ਦਈਏ ਵੀ ਅਜੀਜ਼ ਖਾਨ ਨਾਲ ਤਾਂ ਨਹੀਂ ਉਹਦਾ ਕੋਈ ਹਨਾ ਵੈਸੇ ਜ਼ਰੂਰ ਮਿਲੇ ਆ ਦੋ ਤਿੰਨ ਵਾਰੀ ਬਟ ਹਾਂ ਗਰੁੱਪ ਦਾ ਜੇ ਆਪਾਂ ਕਹਿ ਲਈਏ ਤਾਂ ਕੁਲਵੀਰ ਨਾਲ ਉਸ ਟਾਈਮ ਤੇ ਉਹਨਾਂ ਦਾ ਪ੍ਰੇਮ ਸੀਗਾ ਜੀ ਵੀਡੀਓ ਕਾਲ ਤੇ ਵੀ ਗੱਲਬਾਤ ਵਗੈਰਾ ਹੋਣੀ ਰਹੀਨੀ ਕੁਲਵੀਰ ਨਰਵਾਨ ਹਾਂ ਜੀ ਹਾਂ ਵੀਡੀਓ ਕਾਲ ਤੇ ਵੀ ਗੱਲਬਾਤ ਹੁੰਦੀ ਸੀ ਔਰ ਅਸੀਂ ਘਰੇ ਵੀ ਜਾ ਕੇ ਆਏ ਆ ਉਹ ਵੀ ਆਇਆ ਸਾਡੇ ਕੋਲੇ ਤੇ ਸੋ ਨੋਰਮਲ ਕਾਲੇ ਇਲਮ ਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟੀਡ ਕਰਵਾਓ ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਨੰਬਰ ਨੋਟ ਕਰੋ 99150 17717 ਸਮੱਸਿਆ ਜਿਵੇਂ ਲਵ ਮੈਰिज ਮੰਚਾਇਆ ਪਿਆ ਵਸ਼ਿਕਰਣ ਕਰਨਾ ਜਾਂ ਤੜਵਾਣਾ ਕਾਰੋਬਾਰ ਦਾ ਨਾ ਚੱਲਣਾ ਗ੍ਰੈਕੁਲੇਸ਼ ਵਿਆਹ ਦੇ ਲਈ ਮਾਪੇ ਬਾਪ ਦੀ ਮਨਜ਼ੂਰੀ ਪਤੀ ਪਤਨੀ ਦੇ ਵਿੱਚ ਅਨਬੰਦ ਵਿਦੇਸ਼ ਦੇ ਵਿੱਚ ਪੱਕਾ ਹੋਣਾ ਕੋਟ ਕਚੈਰੀ ਸੋਤਨ ਦੁਸ਼ਮਣ ਤੋਂ ਛੁਟਕਾਰਾ ਸਵਾਲ ਪੁੱਛਣ ਦੀ ਕੋਈ ਫੀਸ ਨਹੀਂ ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ ਪਤਾ ਲੁਧਿਆਣਾ ਨੰਬਰ ਨੋਟ ਕਰੋ 99150 1771 ਇੱਕ ਜਿਵੇਂ ਆਪਾਂ ਕਹਿਦੀ ਹਾਂ よっ ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਦੱਸਿਆ ਵੀ ਉਹ ਵੈਪਨ ਦਾ ਉਹਨੂੰ ਜਿਹੜਾ ਸ਼ੌਂਕ ਸੀਗਾ ਔਰ ਹਾਂ ਉਸ ਟਾਈਮ ਤੇ ਕੁਲਵੀਰ ਕੋਲੇ ਚੰਗੇ ਵੈਪਨ ਸੀ ਉਸ ਕਰਕੇ ਲਿਆਜ ਪਈ ਸੀ ਨਾ ਕਿ ਕੋਈ ਮਾੜੇ ਕੰਮ ਵਾਸਤੇ ਵੀ ਉਹਨੇ ਕਿਸੇ ਦੀ ਲੱਤਾਂ ਡਾੜੋਣੀਆਂ ਸੀ ਜਾਂ ਕੁਝ ਹੋਰ ਉਹ ਚੀਜ਼ ਨਹੀਂ ਸੀ ਵੀ ਉਹਨੇ ਇੱਕ ਆਪਦਾ ਅਸਲਾ ਔਰ ਉਹਨੇ ਇੱਕ ਦੇਖਿਆ ਵੀ ਕੁਲਵੀਰ ਵੀ ਸਮਾਜ ਸੇਵਾ ਵੱਲ ਚੱਲ ਰਿਹਾ ਹੈ ਸਹੀ ਰਸਤੇ 'ਆ ਵੀ ਠੀਕ ਹੈ ਬੰਦਾ ਐਵੇਂ ਕਹਿਣ ਨੂੰ ਤਾਂ ਜੀ ਹੁਣ ਲੋਕ ਮੰਨ ਲਓ ਮੇਰੇ ਬਾਰੇ ਤੁਹਾਨੂੰ ਚੈਨਲ ਵਾਲਿਆਂ ਨੂੰ ਲਾ ਲਓ ਜੀ ਤੁਸੀਂ ਸਹੀ ਦੱਸੋ ਗਲਤ ਦੱਸੋ ਵਿੱਚ ਜੀ ਕਮੈਂਟ ਦੇ ਵਿੱਚ ਮਾੜਾ ਚੰਗਾ ਬੋਲਣਾ ਉਹਨੇ ਤਾਂ ਬੋਲਣਾ ਹੀ ਆ ਬਾਈ ਜੀ ਫਰੀडम ਟੂ ਸੋ ਹਾਂ ਇਹ ਸੋਚ ਕਦੇ ਨਹੀਂ ਬੰਦਿਆਂ ਦੀ ਬਦਲ ਸਕਦੀ ਜਿਹੇ ਜਿਹੜੇ ਬੰਦੇ ਦੀ ਸੋਚ ਆ ਨਾ ਬਾਈ ਜੀ ਉਹਨੇ ਉਹੋ ਜਿਹਾ ਆਪਣਾ ਰੰਗ ਦਿਖਾ ਦੇਣਾ ਜੀ ਬਿਲਕੁਲ ਜਿਹੜੇ ਦੀ ਚੰਗੀ ਸੋਚ ਆ ਉਹਨੇ ਬਾਈ ਜੀ ਤੁਹਾਨੂੰ ਚੰਗਾ ਸ਼ਬਦ ਬੋਲਣਾ ਤੇ ਔਰ ਜੇ ਅਗਰ ਤੁਹਾਨੂੰ ਵਿੱਚ ਕੋਈ ਉਹਨੂੰ ਗਲਤੀ ਵੀ ਲੱਗਦੀ ਤਾਂ ਉਹਨੇ ਤਰਕ ਨਾਲ ਗੱਲ ਕਰਨੀ ਆ ਨਾ ਕਿ ਜਿਹੜੇ ਆਪਾਂ ਕਹਿੰਦੇ ਜਾਹਲਪੋਣੇ ਮੰਗੂ ਗੱਲ ਨਹੀਂ ਕਰਨੀ ਉਹਨੇ ਜੀ ਬਿਲਕੁਲ ਸਿੱਧੂ ਮੂਸੇਵਾਲਾ ਦਾ ਅਜੀਜ਼ ਖਾਨ ਨਾਲ ਜਾਂ ਰਨਾਲੀਆ ਤੁਹਾਡੇ ਗਰੁੱਪ ਨਾਲ ਕੀ ਰਿਸ਼ਤਾ ਸੀ ਦੇਖੋ ਜੇ ਆਪਾਂ ਕਹਿ ਦਈਏ ਵੀ ਅਜੀਜ਼ ਖਾਨ ਨਾਲ ਤਾਂ ਨਹੀਂ ਉਹਦਾ ਕੋਈ ਹਨਾ ਵੈਸੇ ਜ਼ਰੂਰ ਮਿਲੇ ਆ ਦੋ ਤਿੰਨ ਵਾਰੀ ਬਟ ਹਾਂ ਗਰੁੱਪ ਦਾ ਜੇ ਆਪਾਂ ਕਹਿ ਲਈਏ ਤਾਂ ਕੁਲਵੀਰ ਨਾਲ ਉਸ ਟਾਈਮ ਤੇ ਉਹਨਾਂ ਦਾ ਪ੍ਰੇਮ ਸੀਗਾ ਜੀ ਵੀਡੀਓ ਕਾਲ ਤੇ ਵੀ ਗੱਲਬਾਤ ਵਗੈਰਾ ਹੋਣੀ ਰਹੀਨੀ ਕੁਲਵੀਰ ਨਰਵਾਨ ਹਾਂ ਜੀ ਹਾਂ ਵੀਡੀਓ ਕਾਲ ਤੇ ਵੀ ਗੱਲਬਾਤ ਹੁੰਦੀ ਸੀ ਔਰ ਅਸੀਂ ਘਰੇ ਵੀ ਜਾ ਕੇ ਆਏ ਆ ਉਹ ਵੀ ਆਇਆ ਸਾਡੇ ਕੋਲੇ ਤੇ ਸੋ ਨਾਰਮਲੀ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਉਹ ਉਹ ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਦੱਸਿਆ ਵੀ ਉਹ ਵੈਪਨ ਦਾ ਉਹਨੂੰ ਜਿਹੜਾ ਸ਼ੌਂਕ ਸੀਗਾ ਹਾਂ ਉਸ ਟਾਈਮ ਤੇ ਕੁਲਵੀਰ ਕੋਲੇ ਚੰਗੇ ਵੈਪਨ ਸੀ ਉਸ ਕਰਕੇ ਲਿਆਜ ਪਈ ਸੀ ਨਾ ਕਿ ਕੋਈ ਮਾੜੇ ਕੰਮ ਬਾਸਤੇ ਵੀ ਉਹਨੇ ਕਿਸੇ ਦੀ ਲੱਤਾਂ ਡਾਉਣੀਆਂ ਸੀ ਜਾਂ ਕੁਝ ਹੋਰ ਉਹ ਚੀਜ਼ ਨਹੀਂ ਸੀ ਵੀ ਉਹਨੇ ਇੱਕ ਆਪਦਾ ਅਸਲਾ ਔਰ ਉਹਨੇ ਇੱਕ ਦੇਖਿਆ ਵੀ ਕੁਲਵੀਰ ਵੀ ਸਮਾਜ ਸੇਵਾ ਵੱਲ ਚੱਲ ਰਿਹਾ ਹੈ ਸਹੀ ਰਸਤੇ 'ਆ ਵੀ ਠੀਕ ਹੈ ਬੰਦਾ ਐਵੇਂ ਕਹਿਨ ਨੂੰ ਤਾਂ ਜੀ ਹੁਣ ਲੋਕ ਮੰਨ ਲਓ ਮੇਰੇ ਬਾਰੇ ਤੁਹਾਨੂੰ ਚੈਨਲ ਵਾਲਿਆਂ ਨੂੰ ਲਾ ਲਓ ਜੀ ਤੁਸੀਂ ਸਹੀ ਦੱਸੋ ਗਲਤ ਦੱਸੋ ਵਿੱਚ ਨੇ ਕਮੈਂਟ ਦੇ ਵਿੱਚ ਮਾੜਾ ਚੰਗਾ ਬੋਲਣਾ ਉਹਨੇ ਤਾਂ ਬੋਲਣਾ ਹੀ ਆ ਬਾਈ ਜੀ ਫਰੀडम ਟੂ ਸੋ ਹਾਂ ਇਹ ਸੋਚ ਕਦੇ ਨਹੀਂ ਬੰਦਿਆਂ ਦੀ ਬਦਲ ਸਕਦੀ ਜਿਹੇ ਜਿਹੜੇ ਬੰਦੇ ਦੀ ਸੋਚ ਆ ਨਾ ਬਾਈ ਜੀ ਉਹਨੇ ਉਹੋ ਜਿਹਾ ਆਪਣਾ ਰੰਗ ਦਿਖਾ ਦੇਣਾ ਜੀ ਬਿਲਕੁਲ ਜਿਹੜੇ ਦੀ ਚੰਗੀ ਸੋਚ ਆ ਉਹਨੇ ਬਾਈ ਜੀ ਤੁਹਾਨੂੰ ਚੰਗਾ ਸ਼ਬਦ ਬੋਲਣਾ ਤੇ ਔਰ ਜੇ ਅਗਰ ਤੁਹਾਨੂੰ ਕੋਈ ਉਹਨੂੰ ਗਲਤੀ ਵੀ ਲੱਗਦੇ ਤਾਂ ਉਹਨੇ ਤਰਕ ਨਾਲ ਗੱਲ ਕਰਨੀ ਆ ਨਾ ਕਿ ਜਿਹੜੇ ਆਪਾਂ ਕਹਿੰਦੇ ਜਾਹਲ ਨੂੰ ਇਹ ਮੰਗੂ ਗੱਲ ਨਹੀਂ ਕਰਨੀ ਉਹਨੇ ਜੀ ਬਿਲਕੁਲ 올 ਵਰਲਡ ఓਪਨ ਚੈਲੰਜ ਇੱਕ ਮਿੰਟਾਂ ਦੇ ਵਿੱਚ ਪਾਓ ਹੁਣ ਹਰ ਸਮੱਸਿਆ ਦਾ ਸਮਾਧਾਨ ਗੁਰੂ ਅਕਬਰ ਜੀ ਸਮੱਸਿਆ ਜਿਵੇਂ ਕਿ ਨੌਕਰੀ ਕਾਰੋਬਾਰ ਗ੍ਰਹਿ ਕਲੇਸ਼ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਰੱਕੀ ਪ੍ਰੇਮ ਵਿਆਹ ਫਿਲਮ ਵਿਦੇਸ਼ ਯਾਤਰਾ ਲਾਟਰੀ ਨੰਬਰ ਪਤੀ ਪਤਨੀ ਦੇ ਵਿੱਚ ਅਨਬਨ ਮਨ ਚਾਹਿਆ ਵਸ਼ੀਕਰਨ ਕਰਵਾਓ ਜ਼ਮੀਨ ਜਾਇਦਾਦ ਤਲਾਕ ਕੋਟ ਕੇਸ ਮੁੱਠ ਕਰਨੀ ਪਤਾ ਲੁਧਿਆਣਾ ਮਿਲੋ ਜਾਂ ਫੋਨ ਕਰੋ 9876 32838